ਫਗਵਾੜਾ ਦੇ ਮਾਡਲ ਟਾਊਨ ਇਲਾਕੇ ਵਿਖੇ ਉਸ ਸਮੇਂ ਹਲਚਲ ਮੱਚ ਗਈ ਜਦੋਂ ਇੱਕ ਮਕਾਨ ਵਿੱਚ ਭਿਆਨਕ ਅੱਗ ਲੱਗ ਗਈ। ਮਕਾਨ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੁਕਾਨ ਤੋਂ ਘਰ ਆਏ ਤਾਂ ਉਹਨਾਂ ਨੂੰ ਘਰ ਦੇ ਨੇੜਿਓਂ ਧੂੰਆਂ ਉੱਠਦਾ ਨਜ਼ਰ ਆਇਆ। ਉਹਨਾਂ ਆਲੇ ਦੁਆਲੇ ਚੈੱਕ ਕੀਤਾ ਪਰ ਉਹਨਾਂ ਨੂੰ ਕਿਤੋਂ ਵੀ ਧੂੰਏ ਦਾ ਪਤਾ ਨਾ ਲੱਗ ਸਕਿਆ। ਜਦੋਂ ਉਹ ਆਪਣੇ ਮਕਾਨ ਦੀ ਉੱਪਰਲੀ ਮੰਜ਼ਿਲ 'ਤੇ ਗਏ ਤਾਂ ਕਮਰੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਅਤੇ ਭਿਆਨਕ ਅੱਗ ਲੱਗੀ ਹੋਈ ਸੀ। ਉਹਨਾਂ ਇਸ ਦੀ ਸੂਚਨਾ ਤੁਰੰਤ ਦਮਕਲ ਵਿਭਾਗ ਨੂੰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਕਾਨ ਦੇ ਉੱਪਰਲੀ ਮੰਜ਼ਿਲ ਦਾ ਇਹ ਕਮਰਾ 12 ਸਾਲ ਤੋਂ ਡਾਕਟਰ ਜੀਤਪਾਲ ਜੋ ਲਵਲੀ ਕਾਲਜ ਵਿਖੇ ਪ੍ਰੋਫੈਸਰ ਹਨ ਉਹਨਾਂ ਨੂੰ ਦਿੱਤਾ ਹੈ। ਮੇਰਾ ਕੁਲਦੀਪ ਸਿੰਘ। ਕੁਲਦੀਪ ਸਿੰਘ ਜੀ, ਕੀ ਮਾਮਲਾ ਹੈ? ਤੁਹਾਡੇ ਜਿਹੜਾ ਬਜ਼ੁਰਗ ਹੈ, ਤੁਹਾਡਾ ਰੈਂਟ 'ਤੇ ਰਹਿੰਦੇ ਆ? ਇਹ ਰੈਂਟ 'ਤੇ ਰਹਿੰਦੇ ਆ। ਕਿੰਨੀ ਕੁ ਦੇਰ ਤੋਂ ਰਹਿੰਦੇ? ਇਹ ਇੰਨੇ 12 ਕੁ ਸਾਲ ਤੋਂ ਰਹਿ ਰਹੇ। ਕੀ ਲੱਗਦਾ ਤੁਹਾਨੂੰ ਕੀ ਹੋਇਆ ਅੱਜ? ਮੈਨੂੰ ਯਾਦ ਆ ਇਹਨਾਂ ਨੇ ਕੋਈ ਜੋਤ ਜਲਾਈ ਆ ਜਾਂ ਇਹਨਾਂ ਕੋਈ ਸ਼ੋਰਟ ਸਰਕਟ ਹੋਇਆ ਬਸ। ਨਹੀਂ, ਇਹਨਾਂ ਕੋਲ ਕਿਸੇ ਕੋਈ ਬੰਦੇ ਕੋਲ ਸ਼ੋਰਟ ਸਰਕਟ ਨਹੀਂ ਹੁੰਦਾ। ਮੈਂ ਜਦੋਂ ਆਇਆ ਵਾਂ, ਮੈਂ 10 ਵਜੇ ਆਪਣੇ ਕੰਮ ਤੋਂ ਆਇਆ ਵਾਂ। ਮੈਂ ਆਪਣੀ ਸ਼ੋਪ ਖੋਲ੍ਹੀ ਹੋਈ ਸੀ, ਉੱਥੇ ਮੇਰਾ ਕੋਈ ਸਮਾਨ ਆ, ਮੈਂ ਕੰਮ ਤੋਂ ਆਇਆ ਵਾਂ ਅਤੇ ਮੇਰੇ ਇੱਥੋਂ ਮੈਂ ਦੇਖਿਆ ਧੂੰਆਂ ਕਿਉਂ ਨਿਕਲਦਾ ਪਿਆ। ਮੈਂ ਸਾਰੀ ਗਲੀ ਦਾ ਰੌਣ ਲੱਗ ਗਿਆ, ਮੈਂ ਕਿਹਾ ਧੂੰਆਂ ਪੱਤੇ ਨਾ ਕਿਸੇ ਨੂੰ ਸਾੜੇ ਹੋਣ ਅਤੇ ਫਿਰ ਮੈਂ ਉੱਪਰ ਆਇਆ, ਮੈਂ ਕਿਤੇ ਬੈਕ ਸਾਈਡ 'ਤੇ ਨਾ ਕਿਸੇ ਨੂੰ ਕੁਛ ਕੀਤਾ ਹੋਵੇ, ਪਰ ਫਿਰ ਮੈਂ ਦੇਖਿਆ ਧੂੰਆਂ ਇੱਥੋਂ ਆ ਰਿਹਾ ਵਾ। ਫਿਰ ਮੈਂ ਇੱਧਰ ਦੇਖਿਆ ਬਾਰੀ 'ਚੋਂ ਧੂੰਆਂ ਨਿਕਲਦਾ ਪਿਆ ਜੀ, ਨਾਲੇ 2 ਮਿੰਟ ਬਾਅਦ ਅੱਗ ਲੱਗ ਗਈ। ਮੈਨੂੰ ਉਸ ਵੇਲੇ ਹੋਰ ਘਬਰਾਹਟ ਪੈ ਗਈ, ਡੈਡੀ ਮੇਰੇ ਸੋ ਰਹੇ ਸੀ ਨੀਚੇ। ਮੈਂ ਉਹਨੂੰ ਫਿਰ ਬਾਹਰ ਕਿਸੇ ਕੋਲੋਂ ਮੈਂ ਪੁੱਛਿਆ, ਮੇਰੇ ਕੋਲ ਫਾਇਰ ਬ੍ਰਿਗੇਡ ਦਾ ਨੰਬਰ ਵੀ ਹੈ ਨਹੀਂ ਅਤੇ ਮੈਂ ਸਿੱਧਾ ਉਹ ਕਹਿੰਦਾ ਤੁਸੀਂ ਫਾਇਰ ਬ੍ਰਿਗੇਡ ਆਪ ਜਾ ਕੇ ਨੇੜੇ ਆ, ਤੁਹਾਨੂੰ ਬੁਲਾ ਕੇ ਲੈ ਗਿਆ, ਗੱਡੀ ਬੁਲਾ ਕੇ ਲੈ ਗਿਆ। ਤੁਹਾਡੀ ਕੋਠੀ ਹੈ ਇਹਦਾ ਨੁਕਸਾਨ, ਕਿੰਨਾ ਕੁ ਨੁਕਸਾਨ ਹੋਇਆ? ਹਾਂਜੀ, ਤੁਹਾਡੀ ਬਿਲਡਿੰਗ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਭਾਜੀ, ਨੁਕਸਾਨ ਜ਼ਿਆਦਾ ਹੋਰ ਹੋ ਸਕਦਾ ਸੀਗਾ ਅਗਰ ਜੇ ਮੈਂ ਟਾਈਮ ਨਾਲ ਨਾ ਬੁਲਾ ਕੇ ਲੈ ਕੇ ਆਉਂਦਾ ਫਾਇਰ ਬ੍ਰਿਗੇਡ। ਫਾਇਰ ਬ੍ਰਿਗੇਡ ਟਾਈਮ ਨਾਲ ਆਈ ਆ? ਟਾਈਮ ਨਾਲ ਆਈ ਆ, ਪਰ ਰਸਤੇ ਦੇ ਵਿੱਚ ਤਾਰਾਂ ਕਰਕੇ ਮੁਸ਼ਕਲ ਬਹੁਤ ਆਈ ਆ। ਤਾਰਾਂ ਕਿਹੜੀਆਂ ਜੀ? ਬਿਜਲੀ ਦੀਆਂ ਜਿਹੜੀਆਂ ਰੋਡ ਦੇ ਸੈਂਟਰ 'ਚ ਆ ਰਹੀਆਂ ਆਰ ਪਾਰ। ਉਧਰ ਜੀਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਕਮਰੇ ਦੀਆਂ ਸਾਰੀਆਂ ਲਾਈਟਾਂ ਵਗੈਰਾ ਬੰਦ ਕਰਕੇ ਕਾਲਜ ਗਏ ਹੋਏ ਸੀ। ਅੰਦਰ ਕਿਸੇ ਵੀ ਕਿਸਮ ਦੀ ਧੂਫ ਜਾਂ ਅਗਰਬੱਤੀ ਨਹੀਂ ਸੀ ਚੱਲ ਰਹੀ। ਡਾਕਟਰ ਜੀਤਪਾਲ ਨੇ ਦੱਸਿਆ ਕਿ ਕਮਰੇ ਵਿੱਚ ਸਾਰਾ ਫਰਨੀਚਰ ਪੂਰੀ ਤਰ੍ਹਾਂ ਚੱਲ ਕੇ ਰਾਖ ਹੋ ਗਿਆ ਅਤੇ ਦੱਸਿਆ ਕਿ ਕਮਰੇ ਅੰਦਰ ਪਈਆਂ ਕਿਤਾਬਾਂ ਅਤੇ ਬੱਚਿਆਂ ਦੇ ਪੇਪਰ ਵੀ ਅੱਗ ਦੀ ਚਪੇਟ 'ਚ ਆਉਣ ਨਾਲ ਪੂਰੀ ਤਰ੍ਹਾਂ ਸੜ ਗਏ ਨੇ। ਮੈਂ ਡਾਕਟਰ JP ਅਗਰਵਾਲ ਹਾਂ। ਮੈਂ ਲਵਲੀ ਯੂਨੀਵਰਸਿਟੀ ਵਿੱਚ 12 ਸਾਲ ਤੋਂ ਪੜ੍ਹਾ ਰਿਹਾ। ਮੈਂ ਸੀਨੀਅਰ ਪ੍ਰੋਫੈਸਰ, ਮੈਨੀ ਸਟੂਡੈਂਟਸ ਆਰ ਡੂਇੰਗ PhD ਅੰਡਰ ਮੀ, ਰਾਈਟ? ਆਈ ਐਮ ਅ ਰੈਗੂਲਰ ਇੰਪਲਾਈ, ਆਈ ਐਮ ਸਟੇਇੰਗ ਹੇਅਰ ਫੋਰ ਦਾ ਲਾਸਟ 12 ਈਅਰਸ ਔਰ ਆਈ ਐਮ ਵੈਰੀ ਪਰਟੀਕੁਲਰ ਬੀਂਗ ਸੀਨੀਅਰ ਇਨ ਏਜ। ਮੈਂ ਡੇਲੀ ਲਾਈਟਸ ਬੰਦ ਕਰਕੇ ਜਾਣਾ, ਕੋਈ ਇੱਥੇ AC ਨਹੀਂ, ਕੋਈ ਕੂਲਰ ਨਹੀਂ ਚਲਾਇਆ, ਸਾਰੀ ਲਾਈਟਸ ਬੰਦ ਸੀ ਜਦੋਂ ਮੈਂ ਸਵੇਰੇ ਗਿਆ। ਐਂਡ ਇਟਸ ਮਾਈ ਰੈਗੂਲਰ ਰੂਟੀਨ, ਮਾਈ ਸਰਵੈਂਟ ਸਟੈਂਡਸ ਵਿਟਨੈਸ ਫਾਰ ਇਟ, ਸ਼ੀ ਕਮਸ ਇਨ ਦਾ ਮਾਰਨਿੰਗ ਟੂ ਕੁੱਕ ਮਾਈ ਫੂਡ, ਰਾਈਟ? ਆਈ ਐਮ ਵੈਰੀ 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 ਕੇਅਰਫੁਲ। No light was burning, nothing of the sort. I failed to understand how it happened. It's all a mystery to me. It has never, of course I had been reading in the newspaper about the short circuit and all that, but I do not know the cause. Main koi matlab pooja ji koi kisi tarah ki light, kisi tarah ki koi jyot wagaira nahi jalai. I don't believe in it and I don't. I believe in karma only. You help others and that is a real worship of God. But I do not know what has happened. Kitni der se yahan par aap rahe hain? I am staying here for the last 12-13 saal, 13 saal hai mainu. 13 saal se rahe hain, ise kamre se rahe hain. Wo meri daily routine hai ki main sari lights off karke, theek hai, main sirf TV dekhta hu, TV subah morning band karke, sab koi band karke. Kitna nuksan hoya apna? ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਮੇਰੇ ਸਟੂਡੈਂਟਸ ਹੈ ਜਿਹਨਾਂ ਦੇ ਰਿਸਰਚ ਪੇਪਰ ਸੜ ਗਏ, ਜਿਹਨਾਂ ਦੇ ਪ੍ਰਪੋਜ਼ਲ ਸੜ ਗਈਆਂ, ਉਹ ਮੈਨੂੰ ਬੜੀ ਮੁਸ਼ਕਲ ਨਾਲ ਰਿਵਾਈਵ ਕਰਨਾ ਪਏਗਾ। ਬਾਕੀ ਜੋ ਕੁਝ ਹੈ ਤੁਹਾਡੇ ਸਾਹਮਣੇ ਹੈ। ਐਨੀਵੇ, ਮੋਰ ਦੈਨ 1 lakh rupees, ਇਟ ਡਜ਼ਨਟ ਮੈਟਰ, ਮਨੀ ਇਜ਼ ਇਮਟੀਰੀਅਲ, ਦਾ ਮੋਸਟ ਇੰਪੋਰਟੈਂਟ ਥਿੰਗ ਇਜ਼ ਦੈ ਰਿਸਰਚ ਪੇਪਰਸ ਆਫ ਮਾਈ ਸਟੂਡੈਂਟਸ ਹੂਜ਼ ਲਾਈਫ ਇਜ਼ ਵੈਰੀ ਵੈਲਿਊਏਬਲ। ਠੀਕ ਹੈ, ਸੁਰੇਸ਼ ਕੁਮਾਰ ਜੀ। ਅੱਛਾ ਜੀ, ਸੁਰੇਸ਼ ਜੀ ਕਿੱਦਾਂ ਆਏ ਤੁਸੀਂ ਇੱਥੇ? ਮਤਲਬ ਜੋ ਅੱਗ ਲੱਗੀ, ਸਾਨੂੰ ਕੁਲਦੀਪ ਸਿੰਘ ਨੇ ਖੁਦ ਆ ਕੇ ਫਾਇਰ ਬ੍ਰਿਗੇਡ 'ਤੇ ਦੱਸਿਆ ਵੀ 112C ਮਾਡਲ ਟਾਊਨ ਅੱਗ ਲੱਗ ਗਈ ਆ ਅਤੇ ਸਾਨੂੰ ਖੁਦ ਨਾਲ ਲੈ ਕੇ ਆਏ ਹੈ ਜੀ। ਅਸੀਂ ਆ ਕੇ ਮੌਕੇ 'ਤੇ ਅੱਗ 'ਤੇ ਕਾਬੂ ਪਾਇਆ। ਕਿੰਨਾ ਕੁ ਟਾਈਮ ਲੱਗਾ ਤੁਹਾਨੂੰ ਅੱਗ ਬੁਝਾਉਣ ਨੂੰ? ਅੱਗ ਬੁਝਾਉਣ ਨੂੰ ਸਾਨੂੰ 15 ਕੁ ਮਿੰਟ ਲੱਗੇ ਜੀ। ਕੀ ਕੋਈ ਮੁਸ਼ਕਲ ਵੀ ਆਈ ਅੱਗ ਬੁਝੇ ਤੋਂ ਆਉਣ ਨੂੰ ਤੁਹਾਨੂੰ ਰਸਤੇ ਦੇ ਵਿੱਚ? ਰਸਤੇ 'ਚ ਕੋਈ ਰਸਤੇ 'ਚ ਇਹ ਬਿਜਲੀ ਦੀਆਂ ਤਾਰਾਂ ਤੂਰਾਂ ਨੀਵੀਆਂ, ਗੱਡੀ ਸਾਡੀ ਬਹੁਤ ਹੈਗੀ ਉਚਾਈ 'ਤੇ ਅਤੇ ਲੰਘਦੀ ਨਹੀਂ ਹੈਗੀ ਥੱਲੋਂ ਤਾਰਾਂ 'ਤੇ, ਤਾਰਾਂ ਠੀਕ ਕਰਾਉਣੀਆਂ ਪੈਂਦੀਆਂ ਸਾਨੂੰ ਜੀ ਉੱਪਰ। ਇਹਦੇ ਸੰਬੰਧ ਵਿੱਚ ਤੁਸੀਂ ਮਹਿਕਮੇ ਨੂੰ ਦੱਸੋਗੇ? ਬਿਜਲੀ ਮਹਿਕਮੇ ਨੂੰ? ਬਿਜਲੀ ਮਹਿਕਮੇ ਨੂੰ ਅਸੀਂ ਇੱਕ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੀਆਂ ਗੱਡੀਆਂ ਹੈਗੀਆਂ ਉਚਾਈ ਵਾਲੀਆਂ, ਇਹਦੇ ਮੁਤਾਬਕ ਹੀ ਤਾਰਾਂ ਦੀ ਉਚਾਈ ਰੱਖੀ ਜਾਵੇ। ਤਾਰਾਂ ਮਤਲਬ ਕਿਸੇ ਦੀ ਵੀ ਤਾਰਾਂ ਹੈਗੀਆਂ? ਕੇਬਲ ਵਾਲੀਆਂ ਤਾਰਾਂ? ਕੇਬਲ ਵਾਲੀਆਂ ਤਾਰਾਂ ਉਚਾਈ ਰੱਖੀ ਜਾਵੇ ਸਾਰੇ ਪਾਸੇ। ਬਿਊਰੋ ਰਿਪੋਰਟ, ਸਾਂਝ ਟੀਵੀ। ਸਾਂਝ ਟੀਵੀ 'ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।